era sempre che mi stavo lì a correre ho sentito che ti parte un sacco da noi so a noi io ho fatto che va che va da me a partire era dalla mani a partire era dalla mani parole duro ma te parani chi le ha matto punirato poi o se ha fatto in da a tempo che lei ci ha fatto un minimo da un giorno da lì. ਅੱਜ ਜਦੋਂ ਦੀ ਪੰਜਾਬ 'ਚ ਕੈਪਟਨ ਸਰਕਾਰ ਆਈ ਹੈ ਆ ਹੋਰ ਤਾਂ ਹੋਰ ਆ ਪੰਜਾਬ ਪੁਲਿਸ ਵਾਲਿਆਂ ਨੂੰ ਜਵਾਕ ਪਾਲਣੇ ਮੁਸ਼ਕਲ ਹੋ ਗਏ ਉਹ ਕਿਵੇਂ ਨਾ ਤਾਂ ਕੋਈ ਨਾਕੇ 'ਤੇ ਮਿਲਦਾ ਭੁੱਕੀ ਵਾਲਾ ਅਤੇ ਨਾ ਹੀ ਮਿਲਦਾ ਦੇਸੀ ਦਾਰੂ ਵਾਲਾ ਹੁਣ ਇਹਨਾਂ ਨੂੰ ਸਬਜ਼ੀ ਵੇਚ ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਉਹ ਕਿਵੇਂ ਆਏ I'm
ਆਪਣਾ ਹਿੰਦੁਸਤਾਨ ਹੁਣ ਤਰੱਕੀ ਕਰਜੂ ਕਿਉਂ ਬੇਈਮਾਨੀ ਨੇ ਸੰਨਿਆਸ ਲੈ ਲਿਆ ਨਹੀਂ ਬੇਈਮਾਨੀ ਨੇ ਸੰਨਿਆਸ ਨਹੀਂ ਲਿਆ ਨਾ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੋਵੇ ਰਾਸ਼ਟਰਪਤੀ ਮੁਸਲਮਾਨ ਹੋਵੇ ਤੇ ਦੇਸ਼ ਦੀ ਬਾਗਡੋਰ ਹਿੰਦੂ ਦੇ ਹੱਥ ਹੋਵੇ ਮੇਰਾ ਮਤਲਬ ਸੋਨੀਆ ਗਾਂਧੀ ਦੇ ਹੱਥ ਹੋਵੇ ਉੱਥੇ ਬੇਈਮਾਨੀ ਕਿਵੇਂ ਰਹਿ ਸਕਦੀ ਹੈ ਕਾਕਾ ਇਹ ਤਿੰਨੇ ਕੌਮਾਂ ਰਲ ਕੇ ਭਾਂਡੇ ਵੇਚ ਸਕਦੇ ਆ ਮੁਜ਼ਾਹਰੇ ਕਰ ਸਕਦੇ ਆ ਪਰ ਰਲ ਕੇ ਰੋਟੀ ਨਹੀਂ ਖਾ ਸਕਦੇ ਉਹ ਕਿਵੇਂ ਜਦੋਂ ਰੋਟੀ ਖਾਣ ਦਾ ਟਾਈਮ ਆਉਂਦਾ ਬੰਦਾ ਦਾਲ ਸਬਜ਼ੀ ਨਾ ਵੰਡ ਕੇ ਦੇਵੇ ਦਾਲ ਸਬਜ਼ੀ ਕੋਈ ਕਹੂ ਮੈਨੂੰ ਦਾਲ ਦੇਵੇ ਕੋਈ ਕਹੂ ਸਬਜ਼ੀ ਦੇਵੇ ਆ ਤੀਜਾ ਕਹੂ ਮੈਨੂੰ ਵਿੱਚੋਂ ਮਿਰਚ ਮਸਾਲੇ ਜੇ ਕੱਢ ਕੇ ਦੇਵੇ ਨਾ ਮਿਰਚ ਮਸਾਲਾ ਕਾਹਦੇ ਵਾਸਤੇ ਸਰੀਕਾਂ ਦੀਆਂ ਅੱਖਾਂ ਚ ਪਾਉਣ ਨੂੰ ਨਾ ਸਰੀਕ ਕੌਣ ਹੈ ਬਈ ਆ ਜੱਟ ਸੌ ਸੱਖ ਦਾ ਚਿੱਟਾ ਬੰਦਾ ਹੋਵੇ ਉਹ ਗੌਰ ਮੈਨੂੰ ਭਾਗ ਤਾਂ ਕੇ ਜੱਟ ਜਮੇ ਹੁੰਦੀ ਕੋਈ ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਦੇਸ਼ ਦੇ ਕਿਸਾਨਾਂ ਦੀ ਮਾੜੀ ਜੂਨ ਹੋਵੇ ਹੁਣ ਚੋਰੀ ਦੇ ਪੁੱਤ ਵੀ ਗੱਭਰੂ ਹੋਣ ਲੱਗ ਗਏ ਮੇਰਾ ਮਤਲਬ ਦੇਸ਼ ਦੇ ਲੀਡਰ ਵੀ ਦੇਸ਼ ਦੀ ਤਰੱਕੀ ਬਾਰੇ ਸੋਚਣ ਲੱਗ ਗਏ ਸੋਚਣ ਲੱਗ ਗਏ ਪਰ ਜਿਹੜੇ ਦੇਸ਼ ਚ ਹਫ਼ਤੇ ਚ ਦੋ ਵਾਰੀ ਵੋਟਾਂ ਪੈਂਦੇ ਨੇ ਬੁੜੀ ਤੋਂ ਡਰਦਾ ਸਾਹ ਨੀ ਭਰ ਸਕਦਾ ਹਿੰਦੁਸਤਾਨ ਜਿਹੜੇ ਦੇਸ਼ ਦੇ ਸਾਰ ਲੋਕਾਂ ਨੂੰ ਲੜਦੇ ਆ ਪੁਲਿਸ ਵਾਲੇ ਬਿਨਾਂ ਮਤਲਬ ਤੋਂ ਕੁੱਟਦੇ ਪਰ ਜਿੱਥੋਂ ਦੇ ਪਖੰਡੀ ਸਾਹ ਲੋਕਾਂ ਨੂੰ ਤਾਗਿਆ ਤਬੀਤਾਂ ਕਰਦੇ ਆਪਣਾ ਹਿੰਦੁਸਤਾਨ ਪੜ੍ਹਾਈ ਲਿਖਾਈ ਚ ਤਾਂ ਲਾਜ਼ਮੀ ਤਰੱਕੀ ਕਰਦੂ ਵਾਹ ਵਾਹ ਤੇਰੇ ਪਰ ਜਿਹੜੇ ਵਿੱਚ ਮੈਡਮਾਂ ਸਕੂਲਾਂ ਚ ਸਵਾਟਾ ਮੁੜਦੇ ਨੇ ਆ ਮਾਸਟਰ ਕਿਸ਼ਨ ਬੋਰਡ ਖੇਡਦੇ ਸਾਫ਼ ਅੰਗਰੇਜ਼ੀ ਦੇ ਪੀੜ ਖਾਲੀ ਹੁੰਦੇ ਆ ਕੁੜੀਆਂ ਨੂੰ ਛੇੜਦੇ ਆ ਪਰ ਜਿਹੜੇ ਦੇਸ਼ ਚ ਹਾਜ਼ਰੀ ਲਾਉਣ ਵਾਲਾ ਮਾਸਟਰੀ ਬੋਤਲ ਪੀ ਕੇ ਆਉਂਦਾ ਪਤੰਦਰਾ ਉੱਥੋਂ ਦਾ ਨੌਜਵਾਨ ਕਿਵੇਂ ਬਣ ਸਕਦਾ ਪਰ ਦੁਨੀਆਂ ਚੰਦ ਤੇ ਪਹੁੰਚੂ ਪਰ ਹਿੰਦੁਸਤਾਨ ਤਰੱਕੀ ਨਹੀਂ ਕਰ ਸਕਦਾ ਪਰ ਜਿਹੜੇ ਦੇਸ਼ ਦੀ ਕੁੱਤੀ ਚੋਰਾਂ ਦਾ ਲੜੀ ਹੋਵੇ ਪਰ ਰਾਗ ਰਾਗ ਚ ਬੇਈਮਾਨੀ ਬਣੀ ਹੋਵੇ ਤੇ ਜਿੱਥੋਂ ਦੀ ਸੋਹਣੀ ਝਾੜ ਚ ਨਹੀਂ ਕਰ ਸਕਦੀ ਤਾਂ ਸਰਕਾਰ ਆਬਾਦੀ ਤੇ ਕੰਟਰੋਲ ਨਹੀਂ ਕਰ ਸਕਦੀ ਤਾਂ ਉੱਥੇ ਕੱਚਾ ਕਾਸ ਕਿਵੇਂ ਕਰ ਸਕਦਾ ਆਪਾਂ ਕੁਛ ਵੀ ਹੋਵੇ ਪਰ ਹਿੰਦੁਸਤਾਨ ਤਰੱਕੀ ਨਹੀਂ ਕਰ ਸਕਦਾ ਦੋ ਪਖੰਡੀ ਸਾਜਨ ਕੈਸਰ ਪੇਸ਼ ਕਰਦੇ ਹਨ ਦੋ ਪਖੰਡੀ ਅਨਪੜ੍ਹ ਦਾ ਨੀ ਗੱਲ ਸੁਣ ਲਾ ਪਰ ਕਿਹੜਾ ਸਿਰ ਦੇ ਜਾਗਰ ਨੂੰ ਭਾਈ ਰੂਪੇ ਵਾਲੇ ਉਸਤਾਦ ਚਮਕੌਰ ਕੋਲੇ ਕੰਮ ਪੈ ਗਿਆ ਹੁਣ ਚਮਕੌਰ ਕੋਲੇ ਜਾਂਦਾ ਸੀ ਤਾਂ